बट माय कंसर्न इज के जो आतंकवाद और उग्रवाद पंजाब में बढ़ रहा है, हाउ डू वी हैंडल दैट? ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਡ ਐਮ ਪੀ ਬਣ ਗਏ ਹੁਣ, ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ, ਸਾਰਾ ਪੰਜਾਬ 'ਚ ਅੱਤਵਾਦ, ਇਹ ਮਤਲਬ ਇਹ ਗਲਤ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ। ਤੇ ਕੁਲਵਿੰਦਰ ਕੌਰ ਅਤੇ ਕੰਗਣਾ ਰਣੌਤ ਦੇ ਆਪਸੀ ਵਿਵਾਦ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਜੀ ਹਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕੰਗਣਾ ਰਣੌਤ ਵੱਲੋਂ ਪੰਜਾਬੀਆਂ ਨੂੰ ਅੱਤਵਾਦ ਕਹੇ ਜਾਣ ਤੇ ਮੂੰਹ ਤੋੜ ਜਵਾਬ ਦਿੱਤਾ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਤਨੀ ਨਾਲ ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਣ ਪਹੁੰਚੇ ਸੀ, ਜਿੱਥੇ ਕਿ ਉਹਨਾਂ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕੰਗਣਾ ਵਿਵਾਦ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ, ਪਰ ਕੰਗਣਾ ਨੇ ਜੋ ਵੀ ਕਿਸਾਨਾਂ ਖਿਲਾਫ਼ ਬੋਲਿਆ ਇਹ ਉਸ ਦਾ ਗੁੱਸਾ ਸੀ, ਪਰ ਜੋ ਬਾਅਦ ਵਿੱਚ ਕੰਗਣਾ ਨੇ ਬਿਆਨ ਦਿੱਤਾ ਅਤੇ ਪੰਜਾਬੀਆਂ ਨੂੰ ਅੱਤਵਾਦ ਕਿਹਾ, ਇਹ ਕਹਿਣਾ ਪੂਰੀ ਤਰ੍ਹਾਂ ਗਲਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਅਤੇ ਪੰਜਾਬ ਅੱਜ ਵੀ ਦੇਸ਼ ਦਾ ਢਿੱਡ ਭਰ ਹੈ, ਅਤੇ ਜੇਕਰ ਇਸ ਦੇ ਬਾਵਜੂਦ ਵੀ ਕੋਈ ਪੰਜਾਬੀਆਂ ਨੂੰ ਅੱਤਵਾਦੀ ਕਹਿੰਦਾ ਹੈ ਤਾਂ ਇਹ ਬੇਹੱਦ ਮੰਦਭਾਗੀ ਗੱਲ ਹੈ ਅਤੇ ਉਸ ਨੂੰ ਸੋਚ ਸਮਝ ਕੇ ਆਪਣਾ ਬਿਆਨ ਦੇਣਾ ਚਾਹੀਦਾ ਹੈ। ਦੇਖੋ, ਉਹ ਇੱਕ ਗੁੱਸਾ ਹੈ, ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਅਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ, ਹੈ ਨਾ। ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ, ਭਾਵੇਂ ਉਹ ਫਿਲਮ ਸਟਾਰ ਭਾਵੇਂ ਉਹ ਇਲੈਕਟਡ ਐਮ ਪੀ ਬਣ ਗਏ ਹੁਣ, ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ, ਸਾਰਾ ਪੰਜਾਬ 'ਚ ਅੱਤਵਾਦ, ਇਹ ਮਤਲਬ ਇਹ ਗਲਤ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ, ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ, ਅੱਜ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਊਂਗਾ ਹੁਣ ਐਸੇ ਸੀਜ਼ਨ 'ਚ, ਦੇਸ਼ ਨੂੰ 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ, ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ, ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ -50 ਦੇ ਵਿੱਚ ਤਾਂ ਤਾਹਾਂ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜ੍ਹੇ ਹੁੰਦੇ ਨੇ, ਅਤੇ ਆਹ ਹੁਣ ਜੂਨ 'ਚ ਗੰਗਾਨਗਰ ਅਤੇ ਜੈਸਲਮੇਰ ਦੇ ਟਿੱਬਿਆਂ 'ਚ +50 ਦੇ ਵਿੱਚ ਖੜ੍ਹੇ ਨੇ। ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਅਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਹਾਂ, ਅਤੇ ਤੁਸੀਂ ਇੱਕ ਹਰੇ ਗੱਲ 'ਤੇ ਕਹਿ ਦਿੰਦੇ ਹੋ ਅੱਤਵਾਦੀ ਨੇ ਬੱਕਵਾਦੀ ਨੇ, ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ, ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜੇ ਅੱਤਵਾਦੀ ਨੇ ਬੱਕਵਾਦੀ ਨੇ। ਸੋ ਇਸ ਤਰ੍ਹਾਂ ਗਲਤ ਗੱਲ ਹੈ, ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ, ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ। ਤਾਂ ਦੱਸੀ ਇਹ ਕਿ ਕੰਗਣਾ ਰਣੌਤ ਅਤੇ CISF ਮੁਲਾਜ਼ਮ ਕੁਲਵਿੰਦਰ ਕੌਰ ਵਿਚਾਲੇ ਆਪਸੀ ਝੜਪ ਹੋਈ ਸੀ, ਜਿਸ ਤੋਂ ਬਾਅਦ ਇਹ ਖਬਰਾਂ ਆਈਆਂ ਕਿ ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਦੇ ਮੂੰਹ ਤੇ ਥੱਪੜ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਕੰਗਣਾ ਰਣੌਤ ਨੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪੰਜਾਬ ਵਿੱਚ ਅੱਤਵਾਦ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕਿਆ ਹੈ। ਤੁਹਾਨੂੰ ਇੱਕ ਵਾਰ ਉਹ ਬਿਆਨ ਸੁਣਾ ਦਿੰਦੇ ਹਾਂ ਜਿਸ ਵਿੱਚ ਕਿ ਕੰਗਣਾ ਰਣੌਤ ਨੇ ਪੰਜਾਬ 'ਚ ਅੱਤਵਾਦ ਹੋਣ ਦੀ ਗੱਲ ਆਖੀ ਸੀ। ਨਮਸਤੇ ਦੋਸਤੋ, ਮੁਝੇ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹੈ, ਮੀਡੀਆ ਕੇ ਵੀ ਔਰ ਮੇਰੇ ਸ਼ੁਭ ਚਿੰਤਕੋ ਕੇ ਵੀ। ਸਬਸੇ ਪਹਿਲੇ ਤੋ ਆਈ ਐਮ ਸੇਫ, ਆਈ ਐਮ ਪਰਫੈਕਟਲੀ ਫਾਈਨ। ਆਜ ਚੰਡੀਗੜ੍ਹ ਏਅਰਪੋਰਟ ਪੇ ਜੋ ਹਾਦਸਾ ਹੁਆ ਵੋ ਸਿਕਿਉਰਿਟੀ ਚੈੱਕ ਕੇ ਸਾਥ ਮੇ ਹੁਆ, ਵਹਾਂ ਪੇ ਮੈਂ ਸਿਕਿਉਰਿਟੀ ਚੈੱਕ ਕਰਕੇ ਜੈਸੇ ਹੀ ਨਿਕਲੀ ਤੋ ਦੂਸਰੇ ਕੈਬਿਨ ਮੇ ਜੋ ਮਹਿਲਾ ਥੀ, ਜੋ ਸੁਰੱਖਿਆ ਕਰਮਚਾਰੀ ਥੀ CISF ਕੀ, ਉਨ੍ਹੋਂਨੇ ਮੇਰੇ ਉਨਕੇ ਪਾਸ ਯਾ ਉਨਕੋ ਕ੍ਰੋਸ ਕਰਨੇ ਕਾ ਇੰਤਜ਼ਾਰ ਕੀਆ ਔਰ ਸਾਈਡ ਸੇ ਆਕਰ ਜੋ ਹੈ ਮੁਝੇ ਮੇਰੇ ਫੇਸ ਪੇ ਹਿੱਟ ਕੀਆ ਔਰ ਗਾਲੀਆਂ ਦੇਣੇ ਲੱਗੀ। ਔਰ ਜਬ ਮੈਂ ਉਨਕੋ ਪੁੱਛਾ ਕਿ ਉਨ੍ਹੋਂਨੇ ਐਸਾ ਕਿਉਂ ਕੀਆ ਤੋ ਉਨ੍ਹੋਂਨੇ ਕਿਹਾ ਕਿ ਵੋ ਫਾਰਮਰਸ ਪ੍ਰੋਟੈਸਟ ਕੋ ਜੋ ਹੈ ਵੋ ਸਪੋਰਟ ਕਰਤੀ ਹੈ। ਔਰ ਆਈ ਐਮ ਸੇਫ ਬਟ ਮਾਈ ਕੰਸਰਨ ਇਜ਼ ਕਿ ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਮੇ ਬੜ ਰਹਾ ਹੈ, ਹਾਊ ਡੂ ਵੀ ਹੈਂਡਲ ਦੈਟ? ਤਾਂ ਦਰਅਸਲ ਇਹ ਪੂਰਾ ਮਾਮਲਾ ਚੰਡੀਗੜ੍ਹ ਏਅਰਪੋਰਟ ਦਾ ਹੈ, ਜਿੱਥੇ ਕਿ ਕੰਗਣਾ ਰਣੌਤ ਅਤੇ
ਕੁਲਵਿੰਦਰ ਕੌਰ ਵਿਚਾਲੇ ਵਿਵਾਦ ਹੋ ਗਿਆ ਸੀ। ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੁਲਵਿੰਦਰ ਕੌਰ ਤੇ ਹੁਣ FIR ਦਰਜ ਕੀਤੀ ਗਈ ਹੈ। ਹਾਲਾਂਕਿ ਤਾਜ਼ਾ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਮੋਹਾਲੀ ਪੁਲਿਸ ਵੱਲੋਂ 3 ਮੈਂਬਰੀ SIT ਦਾ ਗਠਨ ਕੀਤਾ ਗਿਆ, ਜਿਸ ਵਿੱਚ ਕਿ ਹਰਵੀਰ ਸਿੰਘ ਅਟਵਾਲ SP City ਮੋਹਾਲੀ ਨੂੰ SIT ਦਾ ਇੰਚਾਰਜ ਬਣਾਇਆ ਗਿਆ। ਮੋਹਾਲੀ ਏਅਰਪੋਰਟ ਦੇ DSP ਕੁਲਜਿੰਦਰ ਸਿੰਘ ਅਤੇ ਸਟੇਸ਼ਨ ਇੰਚਾਰਜ ਪੈਰੀ ਵਿੰਕਲ ਨੂੰ ਵੀ SIT 'ਚ ਸ਼ਾਮਿਲ ਕੀਤਾ ਗਿਆ। ਇਹ 3 ਮੈਂਬਰੀ ਸਿੱਟ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ TV।